ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ, ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕੋਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਪੁਮੇਸ਼ੀਆ ਸ਼ਹਿਰ ਤੋਂ ਜਿਹੜੇ ਪਾਸ ਹੋਏ ਨੇ ਅਤੇ ਕੁਝ ਸਟੂਡੈਂਟਸ ਸਾਡੇ ਕੋਲ ਜਿਹਨਾਂ ਕੋਲ ਆਲਰੇਡੀ ਹੁਣ ਲਾਇਸੈਂਸ ਹੋ ਚੁੱਕਾ ਹੈ, ਅਤੇ ਕੁਝ ਸਟੂਡੈਂਟਸ ਜਿਹੜੇ ਸਾਡੇ ਪਾਸ ਹੋ ਕੇ ਥਿਊਰੀ ਪਾਸ ਕਰ ਲਈ, ਉਹਨਾਂ ਦੇ ਕੁਝ ਜਿਹੜੇ ਸਾਡੇ ਪੜ੍ਹ ਰਹੇ ਨੇ। ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਉਹਨਾਂ ਨਾਲ ਬੈਠ ਕੇ ਟੇਬਲ 'ਤੇ, ਮਤਲਬ ਉਹਨਾਂ ਦੇ ਨਾਲ ਅਸੀਂ ਖਾਣਾ ਖਾਧਾ ਅੱਜ। ਉਹਨਾਂ ਦੇ ਤਰਫੋਂ ਸਾਨੂੰ ਇਨਵਾਈਟ ਕੀਤਾ ਗਿਆ ਸੀਗਾ, ਉਹਨਾਂ ਦੀ ਮੈਰਿਜ ਸੀਗੀ ਬ੍ਰਦਰ ਦੀ ਉਹਨਾਂ ਦੇ, ਅਤੇ ਉਹਨਾਂ ਨੇ ਸਾਨੂੰ ਖਾਸ ਇਨਵਾਈਟ ਕੀਤਾ। ਨੀਟਾ ਭਾਅ ਜੀ ਤਾਂ ਨਹੀਂ ਆ ਸਕੇ, ਚਲੋ ਮੈਂ ਪਹੁੰਚਿਆ ਉਹਨਾਂ ਕੋਲੋਂ, ਅਤੇ ਬੜੀ ਉਹਨਾਂ ਨੇ ਇਜ਼ਤਮਾਨ ਕੀਤਾ। ਅਸੀਂ ਆਪਣੇ ਭਾਅ ਜੀ ਉਹਨਾਂ ਨਾਲ, ਇਰਮਾਨ ਭਾਅ ਜੀ ਉਹਨਾਂ ਬੁਲਾਵਾਂਗੇ ਤੁਹਾਨੂੰ, ਜਿਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਆਪਣਾ ਇਮਤਿਹਾਨ ਜਿਹੜਾ ਪਾਸ ਕੀਤਾ। ਭਾਅ ਜੀ ਤੁਸੀਂ ਬੋਲੋ ਦੋ ਚਾਰ ਸ਼ਬਦ, ਕਿਵੇਂ ਦਾ ਲੱਗਾ ਸਟੱਡੀ ਕਰਕੇ ਤੁਹਾਨੂੰ ਨੀਟਾ ਡਰਾਈਵਿੰਗ ਲਾਇਸੈਂਸ ਤੋਂ? ਹਾਂਜੀ, ਅਸਲਾਮ ਅਲੈਕੁਮ ਸਰ। ਨਿੱਤਰ ਸਾਹਿਬ ਦੇ ਤਰਫੋਂ ਅਸਾਂ ਆਪਣਾ ਲਾਇਸੈਂਸ ਕੀਤਾ, ਲੇਕਿਨ ਇਖਲਾਕੀ ਤੌਰ 'ਤੇ ਉਹਨਾਂ ਦਾ ਜੋ ਰਵੱਈਆ ਸੀ ਸਾਡੇ ਪਾਕਿਸਤਾਨ ਨਾਲ, ਇਹਨੇ ਬਹੁਤ ਬਿਹਤਰ ਹੈ। ਅਤੇ ਭਾਅ ਜੀ ਤੁਹਾਡੀ ਆਪਣੀ ਵੈਬਸਾਈਟ ਚੱਲ ਰਹੀ, ਉਹਦੇ ਤੋਂ ਤੁਹਾਨੂੰ ਕਿੰਨਾ ਕੁ ਮਤਲਬ ਇਹਦਾ ਮਿਲਿਆ ਆਪਾਂ ਨੂੰ ਲਾਭ, ਕਿੰਨਾ ਤੁਸੀਂ ਮਤਲਬ ਉਹਦੇ ਤੋਂ ਪੜ੍ਹੇ ਜੇ ਤੁਸੀਂ? ਤਾਲੀ ਭਾਅ ਜੀ ਦੇ ਨਾਲ ਤੁਹਾਨੂੰ ਬੁਲਾਉਂਦੇ ਹਾਂ, ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਆਪਣਾ ਇਮਤਿਹਾਨ ਜਿਹੜਾ ਪਾਸ ਕੀਤਾ ਹੈ। ਸਹੀ, ਬਹੁਤ ਸ਼ਬਦ ਬੋਲੋ ਭਾਅ ਜੀ। ਮਿਹਨਤ ਕੀਤੀ ਹੈ 3 ਮਹੀਨੇ ਤਕਰੀਬਨ, ਅਤੇ ਬਾਕੀ ਸਰ ਨੀਟਾ ਦੀ ਮਿਹਨਤ ਹੈਗੀ ਅਤੇ ਦੋਵਾਂ ਦੀ ਮਿਹਨਤ ਰੰਗ ਲਾਈ। ਤੁਸੀਂ ਜਿਹੜੀ ਸਾਡੀ ਵੈਬਸਾਈਟ ਚੱਲ ਰਹੀ ਹੈ ਉਹਦੇ ਬਾਰੇ ਕੁਛ ਬੋਲਣਾ ਚਾਹੋਗੇ, ਕਿਵੇਂ ਦਾ ਲੱਗ ਗਿਆ ਉਹਦੇ ਨਾਲ? ਤੁਸੀਂ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ, ਅਗਰ ਬੰਦੇ ਕੋਲ ਟਾਈਮ ਹੈਗਾ ਘਰ ਬੈਠ ਕੇ ਮਿਹਨਤ ਕਰ ਸਕਦਾ ਹੈ, ਅਤੇ ਬਗੈਰ ਲੈਕਚਰ ਤੋਂ ਵੀ ਤਿਆਰੀ ਬਹੁਤ ਅੱਛੀ ਹੋ ਜਾਂਦੀ ਉਹਦੇ ਨਾਲ, ਅਤੇ ਬਾਕੀ ਇਹਨਾਂ ਦੇ ਹੁਕਮ ਨਾਲ ਮਿਹਨਤ ਕੀਤੀ ਹੋਈ। ਅਤੇ ਇਹ ਸਾਡੇ ਇਮਰਾਨ ਭਾਅ ਜੀ, ਸਾਡੇ ਵੱਡੇ, ਜਿਹਨਾਂ ਕੋਲ ਹੁਣ ਆਲਰੇਡੀ ਲਾਇਸੈਂਸ ਜਿਹੜਾ ਲੈ ਚੁੱਕੇ ਨੇ ਉਹ ਆਪਣੇ ਗੁਈ ਦੇ ਪਾਸ ਕਰਕੇ। ਭਾਅ ਜੀ ਤੁਸੀਂ ਦੋ ਚਾਰ ਗੱਲਾਂ? ਅਸਲਾਮ ਅਲੈਕੁਮ ਤਮਾਮ ਦੋਸਤਾਂ ਨੂੰ, ਔਰ ਮੈਂ ਤਮਾਮ ਦੋਸਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਪਲੀਜ਼ ਤੁਸੀਂ ਸਟੱਡੀ ਕਰੋ ਸਰ ਨੀਤਾ ਸਾਹਿਬ ਕੋਲੋਂ ਵੈਬਸਾਈਟ ਲੈ ਕੇ, ਕਿਉਂਕਿ ਵੈਬਸਾਈਟ ਦਾ ਇੰਨਾ ਜ਼ਿਆਦਾ ਫਾਇਦਾ ਹੈ ਕਿ ਤੁਸੀਂ ਅਗਰ ਕਲਾਸ ਅਟੈਂਡ ਨਹੀਂ ਕਰ ਸਕਦੇ ਇੱਕ ਦਿਨ ਵਾਸਤੇ, ਔਰ ਵੈਬਸਾਈਟ ਦਾ ਇੰਨਾ ਜ਼ਿਆਦਾ ਬੈਨੀਫਿਟ ਹੈ ਕਿ ਸੇਮ ਜੋ ਕਲਾਸ 'ਚ ਸਟੱਡੀ ਕਰਵਾਉਂਦੇ ਨੇ ਸੇਮ ਹੀ ਉਹਨਾਂ ਨੇ ਵੈਬਸਾਈਟ ਉਹ ਬਣਾਈ ਹੋਈ ਹੈ, ਉਹਦਾ ਬਹੁਤ ਜ਼ਿਆਦਾ ਫਾਇਦਾ ਹੈ। ਔਰ ਇਹ ਸਰ ਜਿਹੜਾ ਨੀਤਾ ਸਾਹਿਬ ਨੇ ਇਖਲਾਕੀ ਤੌਰ 'ਤੇ ਬਹੁਤ ਜ਼ਿਆਦਾ ਅੱਛੇ ਇਨਸਾਨ ਨੇ, ਉਹਨਾਂ ਨੂੰ ਉਹਨਾਂ ਨੇ ਜਿਹੜਾ ਇਹ ਸਫ਼ਰ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਲੋਕਾਂ ਦੀਆਂ ਦੁਆਵਾਂ ਲੈ ਰਹੇ ਨੇ, ਅਤੇ ਮੈਂ ਸਰ ਸਾਰੇ ਦੋਸਤਾਂ ਅੱਗੇ ਰਿਕੁਐਸਟ ਕਰਾਂਗਾ ਕਿ ਪਲੀਜ਼ ਤੁਸੀਂ ਸਟੱਡੀ ਕਰੋ, ਇਹ ਇੰਪੋਸੀਬਲ ਨਹੀਂ ਹੈ, ਬਹੁਤ ਜ਼ਿਆਦਾ ਆਸਾਨ ਹੈ। ਵੈਬਸਾਈਟ ਸਾਰਿਆਂ ਕੋਲ, ਅਗਰ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਸਾਰਿਆਂ ਨਾਲ ਰਾਬਤਾ ਕਰਕੇ ਉਹਨਾਂ ਦੀ ਵੈਬਸਾਈਟ ਲੈ ਸਕਦੇ ਹੋ, ਤੁਸੀਂ ਘਰ ਬਹਿ ਕੇ ਸੇਮ ਤਿਆਰੀ ਕਰ ਸਕਦੇ ਹੋ। ਤੁਸੀਂ ਇਹ ਬਿਲਕੁਲ ਕੰਫਿਊਜ਼ ਨਹੀਂ ਹੋਣਾ ਕਿ ਸਰ ਖੁਦ ਪੜ੍ਹਾਉਣ ਆਉਣਗੇ ਅਸੀਂ ਤਾਂ ਕਰ ਸਕਦੇ ਹਾਂ, ਸਰ ਦੀ ਵੀ ਜ਼ਰੂਰਤ ਕੋਈ ਨਹੀਂ, ਤੁਸੀਂ ਵੈਬਸਾਈਟ ਲਵੋ ਸਾਰਿਆਂ ਕੋਲੋਂ ਔਰ ਘਰ ਬਹਿ ਕੇ ਤਿਆਰੀ ਕਰੋ। ਮੇਰੀ ਤਮਾਮ ਦੋਸਤਾਂ ਅੱਗੇ ਇਹ ਰਿਕੁਐਸਟ ਹੈ, ਔਰ ਅੱਲਾਹ ਦਾ ਬੜਾ ਅਹਿਸਾਨ ਹੈ ਕਿ ਅੱਜ ਸਾਡੇ ਕੋਲ ਲਾਇਸੈਂਸ ਹੈ। ਮੈਂ 2009 ਦਾ ਇਟਲੀ 'ਚ ਆਇਆ ਹਾਂ, ਲੇਕਿਨ ਮੈਂ ਲਾਇਸੈਂਸ ਬਹੁਤ ਲੇਟ ਕੀਤਾ ਕਿਉਂਕਿ ਸਰ ਨੀਤਾ ਸਾਹਿਬ ਨਾਲ ਬੜਾ ਲੇਟ ਰਾਬਤਾ ਹੋਇਆ, ਔਰ ਇਹ ਬਹੁਤ ਜ਼ਿਆਦਾ ਈਜ਼ੀ ਹੈ। ਪਲੀਜ਼ ਸਾਰੇ ਦੋਸਤ ਸਟੱਡੀ ਕਰੋ ਸਰ ਨੀਤਾ ਸਾਹਿਬ ਦੇ ਵੈਬਸਾਈਟ ਲੈ ਕੇ। ਓਕੇ ਜੀ, ਅਤੇ ਸਾਨੂੰ ਮਿਲਾਉਂਦੇ ਆ ਆਪਣੇ ਸ਼ਾਮ ਭਾਅ ਜੀ ਨਾਲ, ਪਹਿਲਾਂ ਵੀ ਥੋੜ੍ਹੇ ਦਿਨ ਪਹਿਲਾਂ ਵੀ ਉਹਨਾਂ ਦੇ ਨਾਲ ਗੱਲ ਹੋਈ ਸੀਗੀ, ਅਤੇ ਇਹਨਾਂ ਨੇ ਵੀ ਪਾਸ ਕੀਤੀ ਆਪਣੀ ਸਟੱਡੀ, ਹੁਣ ਗੁਈਦੇ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਜੀ, ਅਸਲਾਮ ਵਾਲੇ ਕਰ ਨਾ ਸੋਚਿਆ ਕਰ, ਠੀਕ ਹੈ। ਮੇਰਾ ਨੀਤਾ ਮੇਰਾ ਭਾਈ ਹੈ ਵੱਡਾ, ਰਾਣਾ ਵੀਰ ਵੀ ਮੇਰਾ ਭਾਈ ਹੈ, ਇਹ ਇਸ ਨੀਅਤ ਨਾਲ ਇਹ ਸ਼ੁਰੂ ਕਰ ਰਹੇ ਕਿ ਸਾਡੇ ਬੰਦਿਆਂ ਵਾਸਤੇ ਆਸਾਨੀ ਹੋਵੇ। ਜੇ ਇਹਨਾਂ ਦੀ ਨੀਅਤ ਸਾਡੇ ਨਾਲ ਅੱਛੀ ਹੈ, ਤੁਸੀਂ ਵੀ ਨੀਅਤ ਅੱਗੋਂ ਅੱਛੀ ਰੱਖੋ, ਇਹ ਨਾ ਕਰੋ ਕਿ ਅਸੀਂ ਪੈਸੇ ਦਿੰਦੇ ਹਾਂ ਤਾਂ ਪੜ੍ਹਨੇ ਹਾਂ ਜਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ, ਬਹੁਤ ਇਹਨਾਂ ਸਾਡੇ ਵਾਸਤੇ ਮਿਹਨਤ ਕੀਤੀ ਹੈ। ਸਾਨੂੰ ਚਾਹੀਦਾ ਕਿ ਆਪਣੇ ਵੱਡੇ ਬਿਨਾਂ ਤੋਂ ਫਾਇਦਾ ਉਠਾਉਣ, ਠੀਕ ਹੈ। ਇੱਕ ਦਿਨ ਅਸੀਂ ਮੈਂ ਅਤੇ ਨੀਟਾ ਵੀ ਇਕੱਠੇ ਸੀਗਾ, ਮੈਂ ਉਹਨੂੰ ਆਖਿਆ ਕਿ ਯਾਰ ਤੂੰ ਇਹ ਕੰਮ ਤਾਂ ਸ਼ੁਰੂ ਕਰ ਦਿੱਤਾ ਹੈ, ਲੇਕਿਨ ਯਾਰ ਤੂੰ ਸਕੂਨ ਕੋਈ ਨਹੀਂ, ਮਸਲਾਂ ਤੈਨੂੰ ਸਕੂਨ ਜਿਹਨੂੰ ਵੀ ਤੈਨੂੰ ਵੇਖਣਾ ਆ ਫੋਨ 'ਤੇ, ਕਦੇ ਇੱਧਰ ਜਾ ਰਹੇ ਹਾਂ ਕਦੇ ਉੱਧਰ ਜਾ ਰਹੇ ਹਾਂ, ਤੂੰ ਆਰਾਮ ਨਾਲ ਰਾਤੀ ਫੋਨ ਕਰੋ, ਚੁੱਕ ਲੈਂਦਾ, ਸੁੱਤਾ ਨਹੀਂ ਧਵਾਉਂਦਾ, ਕੀ ਮਸਲਾ? ਆਉਂਦਾ ਯਾਰ ਮੈਂ ਚਾਹੁੰਦਾ ਕਿ ਮੈਨੂੰ ਭਾਵੇਂ ਆਪੇ ਸਕੂਨ ਨਾ ਆਵੇ, ਲੇਕਿਨ ਮੇਰੇ ਜਿਤਨੇ ਭਰਾ ਨੇ ਪੰਜਾਬੀ ਨੇ ਜਿਤਨੇ ਵੀ ਨਾ, ਉਹ ਆਰਾਮ ਨਾਲ ਜਿਹੜੇ ਨਾਲ ਪਤੰਤੇ ਕਰਨ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣ। ਜਿਸ ਬੰਦੇ ਦੀ ਇਹ ਸੋਚ ਹੈ ਤਾਂ ਉਹਦੇ ਬਾਰੇ 'ਚ ਗਲਤ ਨਾ ਸੋਚਿਆ ਕਰੋ, ਠੀਕ ਹੈ। ਸਾਡੇ ਵਾਸਤੇ ਅੱਛਾ ਕਰ ਰਿਹਾ, ਤੁਸੀਂ ਵੀ ਅੱਛੀ ਸੋਚ ਨਾਲ ਚਲੋ ਅਤੇ ਜਲਦੀ ਕਾਮਯਾਬੀ ਹਾਸਲ ਹੋਵੇਗੀ, ਠੀਕ ਹੈ ਜੀ। ਸ਼ੁਕਰੀਆ ਸਾਰਿਆਂ। ਹਾਂਜੀ ਭਾਅ ਜੀ, ਮੈਂ ਸੋਰੀ ਦੋਸਤੋ ਇੱਕ ਮੈਸੇਜ ਦੇਣਾ ਭੁੱਲ ਗਿਆ ਕਿ ਜਿਸ ਤਰ੍ਹਾਂ ਸਰ ਸਾਡੇ ਨੀਤਾ ਸਾਹਿਬ ਨੇ ਟ੍ਰਾਂਸਲੇਟ ਕੀਤੀ ਹੈ ਨਾ ਇਟਾਲੀਅਨ
लाइसेंस दी ये तुसीं गूगल चो भी सर्च करोगे तो इस तरह की ईजी ट्रांसलेशन नहीं मिलेगी क्योंकि सारा ने इन्नी ज़्यादा वो वजह एवे साडा लाइसेंस जल्दी लैन की वजह एवे कि सारा ने सानू जी ट्रांसलेट की हुई है ना वो इन्नी ईजी की हुई है कि बहुत जल्दी तुसीं पिक करोगे और बहुत जल्दी तुसीं लाइसेंस लोगोगे। बस मैं मैसेज देना ही तमाम दोस्तों ते ये सी साढ़े काफ़ी वधिया साढ़े दिल के करीब जो स्टूडेंट्स से पुमेसिया तो साड़ा ग्रुप सीगा है एक ग्रुप साड़ा होर शुरू होया पुमेसिया के कोल ही तो इंशाल्लाह उन्हों का भी वधिया रिजल्ट आएगा तो तुहानू आने वाली जिहड़ियां वीडियोस ने उन्होंने नाल तुहाडा राबता करावांगे उन्होंने नाल तुहाडी मुलाकात करावांगे तो असीं ना अपने स्टूडेंट्स का बहुत बहुत ज़्यादा थैंक्स करते हैं कि जिन्होंने सानू इस लायक समझिया भी अपने उन्होंने स्क्वाडरे दे शामिल करके अज रोटी खाधी उन्होंने नाल सी ते तुहाडे वाली साडे वालों फिर यही मैसेज आ कि जिहड़ा जिहड़ा भी कितने भी बैठा यूरोप दे विच जिहड़ा लाइसेंस करना चाहुंदा है प्लीज़ वो साडे नाल कॉन्टैक्ट कर सकते हैं साडे नंबर वैबसाइट तो मिल सकते हैं नीटा इटालीयन ड्राइविंग लाइसेंस तो तुसीं अपना लाइसेंस बहुत ही ईजी तरीके दे नाल ले सकते हो। तो इन्ना सारा कुछ कहते हुए असी ताडे को इजाजत लैंदे हां ते अगली वीडियो के लिए फिर असी हाजिर होवांगे। सत श्री अकाल जी।